ਕੀਤਾ ਗਿਆ, ਸਲੂਨ ਦੇ ਵਿੱਚ ਦਾਖਲ ਹੋ ਕੇ ਕਤਲ ਕੀਤਾ ਗਿਆ। ਉਸ ਕਤਲ ਵਾਲੀ ਥਾਂ ਦੇ ਉੱਤੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਚੁੱਕੇ ਨੇ। SSP ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ ਕਿ ਆਖਿਰਕਾਰ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਆਏ ਸਨ ਇਹ ਹਮਲਾਵਰ, ਜਿਹੜੇ ਕਿ ਪਿੰਡ ਝਬਾਲ ਵਾਲੇ ਪਾਸੇ ਜਾ ਚੁੱਕੇ ਨੇ। ਉਹਨਾਂ ਦੀ ਜਾਂਚ ਪੜਤਾਲ ਜਿਹੜੀ ਹੈ ਕੀਤੀ ਜਾ ਰਹੀ ਹੈ। ਤਾਂ ਲਗਾਤਾਰ ਜੋ ਹੈ ਇਹ ਖਬਰ ਸੁਰਖੀਆਂ ਬਟੋਰ ਰਹੀ, ਕਿਉਂਕਿ ਅੱਜ ਸਵੇਰੇ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ ਵੇਲੇ ਸਰਪੰਚ ਸਲੂਨ ਦੇ ਉੱਤੇ ਬੈਠ ਕੇ ਹੇਅਰ ਕੱਟ ਕਰਵਾ ਰਿਹਾ ਸੀ। ਸਲੂਨ ਦੇ ਵਿੱਚ ਦਾਖਲ ਹੋ ਕੇ ਇਹਨਾਂ ਬਦਮਾਸ਼ਾਂ ਦੇ ਵੱਲੋਂ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ ਗਈਆਂ। ਜ਼ਖਮੀ ਹਾਲਤ ਦੇ ਵਿੱਚ ਜਦੋਂ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਤਾਂ ਸਰਪੰਚ ਦੀ ਮੌਤ ਹੋ ਚੁੱਕੀ ਹੈ। ਤਾਂ ਇਸ ਮਾਮਲੇ ਦੇ ਵਿੱਚ ਹੁਣ SSP ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਹਾਲਾਂਕਿ ਪੱਤਰਕਾਰਾਂ ਦੇ ਵੱਲੋਂ ਲਗਾਤਾਰ ਸਵਾਲ ਕੀਤੇ ਜਾ ਰਹੇ ਸਨ ਕਿ ਆਖਿਰਕਾਰ ਕੀ ਸਰਪੰਚ ਨੂੰ ਪਹਿਲਾਂ ਕੋਈ ਥ੍ਰੈਟ ਜਾਂ ਫਿਰ ਧਮਕੀ ਵੀ ਆਈ ਸੀ। ਹਾਲਾਂਕਿ SSP ਦਾ ਕਹਿਣਾ ਕਿ ਇਸ ਬਾਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਹੋਰ ਕੀ ਕੁਛ ਕਿਹਾ ਹੈ ਮੌਕੇ 'ਤੇ ਮੌਜੂਦ SSP ਨੇ, ਆਓ ਤੁਹਾਨੂੰ ਸੁਣਾਉਂਦੇ ਹਾਂ। ਸਵੇਰੇ ਜੀ ਮੇਰੇ ਖਿਆਲ 8:30 ਦੀ, ਸਾਢੇ 8-9 ਦੇ ਕਰੀਬ ਘਟਨਾ ਹੈਗੀ ਹੈ ਇੱਥੇ। ਅਵਨ ਚੀਮਾ, ਜਿਨ੍ਹਾਂ ਨੂੰ ਛੋਟਾ ਨਾਂ ਸੋਨੂ ਸ਼ਾਹ ਵੀ ਕਹਿੰਦੇ ਆ, ਆੜਤ ਦੀ ਦੁਕਾਨ ਹੈ ਅਤੇ ਮੇਰੇ ਖਿਆਲ ਮੌਜੂਦਾ ਜਿਹੜੇ ਸਰਪੰਚ ਸੀਗੇ ਉਹਨਾਂ ਦਾ ਇੱਥੇ ਆ ਕੇ ਦੋ ਨੌਜਵਾਨ ਜਿਹੜੇ ਆ ਉਹ ਗੋਲੀਆਂ ਮਾਰ ਗਏ ਆ। ਉਹਨਾਂ ਨੂੰ ਹੋਸਪਿਟਲ ਲੈ ਗਏ ਸੀ ਪਰ ਹੁਣ ਪਤਾ ਲੱਗਿਆ ਸ਼ਾਇਦ ਉਹਨਾਂ ਦੀ ਡੈਥ ਹੋ ਗਈ ਹੈ। ਅਸੀਂ ਕੁਛ ਸਪੈਸੀਫਿਕ ਲੀਡਸ ਹੈਗੀਆਂ ਸਾਡੇ ਕੋਲ ਉਹਦੇ 'ਤੇ ਵਰਕਆਊਟ ਕਰ ਰਹੇ ਹਾਂ, ਛੇਤੀ ਬੰਦੇ ਫੜ ਲਾਂਗੇ। ਕੀ ਤੁਸੀਂ ਇਹਦਾ ਕਿੰਨੇ ਅਣਛਾਤੀ ਵਿਅਕਤੀ ਸੀ ਜਾਂ ਕੌਣ ਸੀ? ਉਹ ਦੋ ਜਣੇ ਸੀਗੇ ਜੀ ਮੋਟਰਸਾਈਕਲ 'ਤੇ ਆਏ, ਜੋ ਹਜੇ ਤੱਕ ਆਲੇ ਦੁਆਲੇ ਕੈਮਰੇ ਦੀ ਫੀਡ ਤੋਂ ਸਾਨੂੰ ਪਤਾ ਲੱਗਿਆ ਦੋ ਜਣੇ ਮੋਟਰਸਾਈਕਲ 'ਤੇ ਸੀਗੇ। ਕਤਲ ਕਰਨ ਤੋਂ ਬਾਅਦ ਇੱਧਰ ਝਬਾਲ ਵਾਲੀ ਸਾਈਡ ਹੀ ਚਲੇ ਗਏ। ਸਰ ਇਹ ਤੋਂ ਪਹਿਲਾਂ ਇੱਕ ਪੱਧਰੀ ਸਲਵਿੰਦਰ ਸਿੰਘ ਦੇ ਵੀ ਗੋਲੀਆਂ ਵੱਜੀਆਂ, ਇਹ ਤੀਕਰ ਦੋਸ਼ੀ ਗ੍ਰਿਫਤਾਰ ਨਹੀਂ ਹੋਏ? ਦੇਖੋ ਮੈਨੂੰ ਉਹਦਾ ਤਾਂ ਆਪਾਂ ਅਲੱਗ ਤੋਂ ਕਰ ਲਈਏ ਜੀ, ਜਿਹੜਾ ਇਸ ਦੀ ਹੈ ਉਹ ਪਰਟੀਕੂਲਰ ਇਹਦੇ ਬਾਰੇ ਮੈਂ ਗੱਲ ਕਰ ਰਿਹਾ, ਉਹਦੇ ਤੁਸੀਂ ਅਲੱਗ ਤੋਂ ਗੱਲ ਕਰ ਲਓ। ਸਰ ਹਾਲਾਤ ਜਿਹੜੇ ਇਲਾਕੇ ਦੇ ਸਰ ਬੜੀ ਸ਼ੁਰੂ ਤੋਂ ਹੀ ਇਸ ਤਰ੍ਹਾਂ ਦਾ ਮੰਨਿਆ ਜਾਂਦਾ ਵਾ, ਇਹਦੇ ਵਾਸਤੇ ਕੋਈ ਖਾਸ ਕੋਈ ਕਿਸ ਤਰ੍ਹਾਂ? ਦੇਖੋ ਸਾਡੇ ਵੱਲੋਂ ਤਾਂ ਪੂਰਾ ਪਿੱਛੇ ਜਿਹੜੀ ਥਰੈਟ ਵੀ ਆਈ ਸੀਗੀ ਜੀ, ਜਿਹੜੀ ਭਿੱਖੀ ਪਿੰਡ ਵਾਲੀ ਤੁਸੀਂ ਸੀਗੀ, ਉਹ ਵੀ ਅਸੀਂ ਬੰਦੇ ਨੂੰ ਲੈ ਆਏ ਹਾਂ, ਉਹ ਵੀ ਮੰਨ ਗਏ ਜੀ ਉਹਨਾਂ ਦਾ ਕੋਈ ਆਪਸੀ ਲੈਣ ਦੇਣ ਸੀਗਾ। ਪੁਰਾਣਾ ਜਿਹੜਾ ਮੁੰਡਾ ਇੱਕ ਆਸਟ੍ਰੇਲੀਆ ਗਿਆ ਕੋਈ ਗੋਪੀ ਦੇ ਨਾਲ, ਉਹਦੇ 'ਤੇ ਉਹ ਵੀ ਟਰੇਸ ਹੋ ਗਿਆ ਸਾਡਾ ਜਿਹੜਾ ਉਹ ਡਾਕਟਰ 'ਤੇ ਉਹਨਾਂ ਨੂੰ ਆਈ ਸੀਗੀ ਥਰੈਟ ਆਈ ਸੀ ਰੈਂਸਮ ਵਾਲੇ। ਇਹ ਸਰ ਇਹਨਾਂ ਨੂੰ ਵੀ ਕੋਈ ਆਈ ਇਹੋ ਜਿਹੀ ਕੋਈ ਗੱਲ ਕੋਈ? ਨਹੀਂ ਹਜੇ ਨਹੀਂ, ਹਜੇ ਵਰਕਆਊਟ ਕਰ ਰਹੇ ਜੀ ਹਜੇ ਕੋਈ। ਅਤੇ ਸਰ ਇਹ ਜਿਹੜੇ ਦੋਸ਼ੀ ਆ ਇਹਨਾਂ ਨੂੰ ਕਿੰਨੇ ਕਿੱਥੇ ਤੀਕਰ ਗ੍ਰਿਫਤਾਰ ਕੀਤਾ ਜਾਵੇ? ਦੇਖੋ ਹਜੇ ਤਾਂ ਆਈਡੈਂਟੀਫਾਈ ਕਰ ਰਹੇ ਹਾਂ ਅਸੀਂ, ਸਾਡੇ ਕੋਈ ਸਪੈਸੀਫਿਕ ਲੀਡਸ ਹੈਗੀਆਂ, ਅਸੀਂ ਆਈਡੈਂਟੀਫਾਈ ਕਰਕੇ ਛੇਤੀ ਫੜ ਲਾਂਗੇ। ਥੈਂਕ ਯੂ ਸਵੇਰੇ ਜੀ।